ਤੇ ਸੰਗਰੂਰ ਤੋਂ ਸਾਡੇ ਪੱਤਰਕਾਰ ਹਰਜੀਤ ਸਿੱਧੂ ਵੀ ਸਾਡੇ ਨਾਲ ਜੁੜੇ ਹੋਏ ਨੇ। ਹਰਜੀਤ, ਕੀ ਕੁਝ ਤਸਵੀਰਾਂ ਨੇ ਸੰਗਰੂਰ ਦੇ ਵਿੱਚ, ਕਿੰਨੀ ਤਦਾਦ 'ਚ ਕਿਸਾਨ ਮੌਜੂਦ ਨੇ, ਕੀ ਇੱਥੋਂ ਕੂਚ ਕਰਨਾ ਸ਼ੁਰੂ ਹੋ ਚੁੱਕਿਆ? ਹਾਂਜੀ ਕੁਲਵਿੰਦਰ, ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਆਖਿਆ ਗਿਆ ਸੀ ਕਿ 13 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ, ਪਰ ਤੁਹਾਨੂੰ ਉਸ ਤੋਂ ਪਹਿਲਾਂ ਤਸਵੀਰਾਂ ਦਿਖਾਉਣਾ ਚਾਹੁੰਦੇ ਹਾਂ। ਅਨਾਜ ਮੰਡੀ ਮਹਿਲਾ ਚੌਕ ਸੰਗਰੂਰ ਦੀਆਂ ਤਸਵੀਰਾਂ ਨੇ, ਤੁਸੀਂ ਵੇਖ ਸਕਦੇ ਹੋ ਚਾਰੇ ਪਾਸੇ ਕੁਲਵਿੰਦਰ ਟਰੈਕਟਰ ਹੀ ਟਰੈਕਟਰ ਨਜ਼ਰ ਆਉਂਦੇ ਨੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਜੋ ਆਗੂ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ, ਅਤੇ ਜੋ ਟਰੈਕਟਰ ਨੇ ਤੇ ਇੱਥੋਂ ਕੁਲਵਿੰਦਰ ਹੌਲੀ ਹੌਲੀ ਚਾਲੇ ਪਾਉਣੇ ਵੀ ਸ਼ੁਰੂ ਹੋ ਗਏ ਨੇ। ਤੁਹਾਨੂੰ ਦੱਸ ਦੇ ਕਿ ਟਰੈਕਟਰਾਂ ਦੇ ਵਿੱਚ ਜੋ ਡੀਜ਼ਲ ਆ ਉਹ ਲਗਾਤਾਰ ਭਰਵਾਇਆ ਜਾ ਰਿਹਾ, ਭਰਵਾ ਕੇ ਇੱਥੇ ਪਹੁੰਚ ਰਹੇ ਨੇ। ਸਾਡੇ ਨਾਲ ਆਗੂ ਵੀ ਮੌਜੂਦ ਨੇ, ਗੱਲ ਕਰ ਲੈਣਾ ਸਰ। ਅੱਜ ਦਿੱਲੀ ਕੂਚ ਦਾ ਜੋ ਐਲਾਨ ਕੀਤਾ ਗਿਆ ਸੀ, ਕਦੋਂ ਇੱਥੋਂ ਜੋ ਟਰੈਕਟਰ ਮਾਰਚ ਰਵਾਨਾ ਹੋਣਾ? ਸਾਡਾ ਜਿਹੜਾ ਅੱਜ ਦਾ ਮਾਰਚ ਦਾ ਟਾਈਮ ਹੈ ਉਹ 11 ਵਜੇ ਦਾ ਹੈਗਾ। ਹਾਲੇ ਸਾਡੇ ਆਗੂਆਂ ਨੇ ਸਾਨੂੰ ਜਿਸ ਤਰ੍ਹਾਂ ਵੀ ਫੈਸਲਾ ਉਹ ਦੇਣਗੇ ਉਹਦੀ ਨਾਲ ਦੀ ਨਾਲ ਅਸੀਂ ਦਿੱਲੀ ਨੂੰ ਕੂਚ ਕਰਾਂਗੇ। ਤੇ ਉਹ ਸਾਰੀਆਂ ਜਿਹੜੀਆਂ ਫੌਜਾਂ ਨੇ ਤਿਆਰ ਨੇ। ਪ੍ਰਸ਼ਾਦੇ ਪਾਣੀ ਸਾਹਿਬ ਨੇ ਸ਼ਕਲੇ ਦੇਖੋ, ਤੁਹਾਡੇ ਸਾਹਮਣੇ ਟਰੈਕਟਰਾਂ ਵਿੱਚ ਤੇਲ ਵੀ ਭਰਾਇਆ ਜਾ ਰਿਹਾ, ਤੇ ਜੋ ਕੋਈ ਉਹਨੂੰ ਨਿੱਕੀ ਕੋਈ ਕੰਮ ਕਰਾਉਣ ਵਾਲਾ ਉਹ ਸਾਰਾ ਕਰਵਾ ਕੇ ਅਸੀਂ ਪੂਰੀ ਵੱਡੀ ਪੱਧਰ ਤੇ ਤਿਆਰ ਖਨੌਰੀ ਦੇ ਬਾਰਡਰ ਨੂੰ ਟਕਰਾਉਣ ਲਈ ਤਿਆਰ ਖੜੇ ਆ। ਜੇਕਰ ਗੱਲ ਕੀਤੀ ਜਾਵੇ ਖਨੌਰੀ ਬਾਰਡਰ ਦੇ ਉੱਤੇ ਕਈ ਲੇਅਰਾਂ ਦੇ ਵਿੱਚ ਬੈਰੀਕੇਡਿੰਗ ਕੀਤੀ ਹੋਈ ਆ, ਮੋਟੀਆਂ ਮੋਟੀਆਂ ਛੁਰੀਆਂ ਵੀ ਲਗਾ ਦਿੱਤੀਆਂ ਗਈਆਂ ਕਿ ਟਰੈਕਟਰ ਇੱਥੋਂ ਪਾਰ ਨਾ ਹੋਵੇ। ਕਿਸ ਤਰ੍ਹਾਂ ਕਿਸਾਨ ਕਿਸ ਤਰ੍ਹਾਂ ਬਾਰਡਰ ਨੂੰ ਪਾਰ ਕਰਨਗੇ? ਦੇਖੋ ਜੀ, ਗੱਲ ਦਾ ਬਾਰਡਰ ਨੂੰ ਜਿਹੜੀ ਪਾਰ ਕਰਨ ਵਾਲੀ ਗੱਲ ਹੈ, ਉਹਨਾਂ ਨੂੰ ਜਿੰਨੇ ਦਿਨ ਲਾਉਂਦਿਆਂ ਨੂੰ ਹੋਏ ਨੇ ਸਾਨੂੰ ਕੁਝ ਘੰਟੇ ਲੱਗਣਗੇ। ਜਿਹੜੇ ਸਾਧਨਾਂ ਨਾਲ ਉਹਨਾਂ ਨੇ ਲਾਏ ਨੇ ਉਹਨਾਂ ਨਾਲ ਸਾਧਨਾਂ ਨਾਲ ਹੀ ਅਸੀਂ ਉਹਨਾਂ ਨੂੰ ਤੋੜ ਦੇਵਾਂਗੇ। ਤੇ ਤਾਂ ਅਸੀਂ ਉਹ ਕਿਸਾਨ ਹਾਂ ਜਿਹੜਾ ਧਰਤੀ ਦੀ ਹਿੱਕ ਚੀਰ ਕੇ ਅਨਾਜ ਪੈਦਾ ਕਰਦੇ ਹਾਂ। ਇੱਕ ਚੀਜ਼ਾਂ ਵੀ ਕੀ ਨੇ, ਪਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ, ਤੁਹਾਡੇ ਮਾਧਿਅਮ ਵਿੱਚ ਜਿਸ ਤਰ੍ਹਾਂ ਦੇ ਉਹ ਬੈਰੀਕੇਡਿੰਗ ਕਰ ਰਹੇ ਨੇ, ਕੰਡਿਆਲੀ ਤਾਰ ਲਾ ਰਹੇ ਨੇ, ਉਹ ਇੱਦਾਂ ਇਸ ਤਰ੍ਹਾਂ ਲਾ ਰਹੇ ਨੇ ਜਿਵੇਂ ਪਾਕਿਸਤਾਨ ਦਾ ਬਾਰਡਰ ਸੀਲ ਕਰਨਾ ਹੁੰਦਾ। ਅਸੀਂ ਚਾਹੁੰਦੇ ਹਾਂ ਵੀ ਜੇ ਇਸੇ ਗੱਲ ਹੈ ਤੁਹਾਡੇ ਵਿੱਚ, ਅਸੀਂ ਜੇ ਸਾਨੂੰ ਦੇਸ਼ ਦੇ ਵਾਸੀ ਸਮਝਦੇ ਹੋ, ਇੱਕ ਪਾਸੇ ਦਾ ਸਾਨੂੰ ਕਹਿ ਰਹੇ ਹੋ ਜਿਹੜਾ ਪੰਜਾਬ ਹੈ ਉਹ ਭਾਰਤ ਦਾ ਅੰਗ ਹੈ, ਠੀਕ ਹੈ ਕਿ ਨਾ, ਫਿਰ ਸਾਡੀ ਰਾਜਧਾਨੀ ਆ, ਸਾਨੂੰ ਆਉਣ ਤੋਂ ਰੋਕਿਆ ਕਿਉਂ ਜਾਂਦਾ ਹੈ? ਆ 4-5 ਦਿਨ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਪ੍ਰੋਟੈਕਸ਼ਨ ਕਰਕੇ ਆਏ ਨੇ, ਤੰਤਰ ਮੰਤਰ ਦੇ, ਉਹਨੂੰ ਤਾਂ ਕਿਸੇ ਨੇ ਰੋਕਿਆ ਨਹੀਂ। ਕਿਸਾਨਾਂ ਨੂੰ ਕਿਉਂ ਰੋਕਿਆ ਜਾ ਰਿਹਾ? ਅਸੀਂ ਇੱਕ ਇਹ ਵੀ ਗੱਲ ਕਹਿਣੀ ਚਾਹੁੰਦੇ ਹਾਂ, ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਜੇ ਮੋਦੀ ਸਾਹਿਬ ਤੁਹਾਡੇ 'ਚ ਐਡਾ ਦਮ ਹੈ ਕਹਿੰਦਾ, ਜੇ ਤੁਸੀਂ ਬਾਰਡਰ ਬਣਾ ਹੀ ਰਹੇ ਹੋ ਨਾ, ਤਾਂ ਤੁਸੀਂ ਮਾੜਾ ਜਿਹਾ ਹਰਿਆਣੇ ਦੇ ਬਾਂਗਰਲੇ ਪਾਸੇ ਕਰਕੇ ਬਣਾ ਲਓ, ਤਾਂ ਪੱਕੀ ਕਰ ਦਿਓ, ਅਸੀਂ ਵੱਖਰਾ ਰਾਜ ਭਾਲਦਿਆਂ ਐਲਾਨ ਕਰ ਦੂੰ ਵੀ ਪੰਜਾਬ ਸਾਡੇ ਤੋਂ ਵੱਖਰਾ, ਅਸੀਂ ਆਪਦਾ ਰਾਜ ਬਣਾਉਂਦੇ ਹਾਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਹੋਊਗਾ ਫਿਰ ਇਹਨੂੰ ਦਿਖਾਵਾਂਗੇ ਕਿ ਦੋ ਹੱਥ ਕੀ ਬਣਦਾ। ਵੀ ਇੱਕ ਪਾਸੇ ਦਾ ਸਾਨੂੰ ਤੁਸੀਂ ਆਪਦਾ ਅੰਗ ਬਣਾ ਰਹੇ ਹੋ, ਤੇ ਦੂਜੇ ਪਾਸੇ ਸਾਨੂੰ ਆਉਣ ਤੋਂ ਰੋਕ ਕੇ ਇੱਕ ਬਾਰਡਰ ਦੀ ਤਰ੍ਹਾਂ ਤਬਦੀਲ ਕੀਤਾ ਜਾ ਰਿਹਾ, ਕੰਡਿਆਲੀ ਤਾਰ ਲਾਈ ਜਾ ਰਹੀ ਹੈ। ਇਹ ਤੁਹਾਡੇ ਪਤੀਆ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਨਾਂ ਦੇ? ਅਸੀਂ ਚਾਹੁੰਦੇ ਹਾਂ ਵੀ ਅਸੀਂ ਰਾਜ ਮੀਟਿੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਬਾਰਡਰ ਸੀਲ ਕੀਤੇ ਜਾ ਰਹੇ ਨੇ, ਅਜਿਹਾ ਮਾਹੌਲ ਬਣਾਇਆ ਜਾ ਰਿਹਾ ਕਿ ਦੇਖੋ ਨੀਤ ਸਾਫ ਨੀ ਹੈਗੀ ਸਰਕਾਰ ਦੀ, ਕੇਂਦਰ ਸਰਕਾਰ ਦੀ ਨੀਤ ਸਾਫ ਨੀ। ਉਹ ਤਾਂ ਇੱਕ ਇਹ ਚਾਹੁੰਦੀ ਆ ਵੀ ਅਸੀਂ ਇੱਥੇ ਕਿਸਾਨਾਂ ਨੂੰ ਪਤਾ ਨਹੀਂ ਰੋਕ ਲਾਂਗੇ, ਗੱਲਬਾਤ ਕਰੀਏ। ਜੇ ਉਹਨਾਂ ਨੇ ਮੰਗਾਂ ਮੰਨਣੀਆਂ ਹੁੰਦੀਆਂ, ਉਹਦੀ ਨੀਤ ਸਾਫ਼ ਹੁੰਦੀ, ਫਿਰ ਬਾਰਡਰਾਂ ਤੇ ਇੰਨਾ ਕੁਛ ਕਰਨ ਦੀ ਕੀ ਲੋੜ ਸੀ? ਸਾਰੇ ਬਾਰਡਰ ਸੀਲ ਕੀਤੇ ਪਏ ਆ। ਜਿਸ ਤਰ੍ਹਾਂ ਕੋਈ ਪੰਜਾਬ ਭਾਰਤ ਦਾ ਹਿੱਸਾ ਨਾ ਹੋਵੇ, ਵੱਖਰਾ ਸਟੇਟ ਹੋਵੇ, ਇਸ ਤਰ੍ਹਾਂ ਕਰਤਾ ਨਾ। ਪਰ ਇਹ ਨਹੀਂ ਚਾਹੀਦਾ, ਅਸੀਂ ਉਹਨੂੰ ਦੱਸ ਦਿਓ ਮੋਦੀ ਸਰਕਾਰ ਨੂੰ, ਹਰਿਆਣਾ ਸਰਕਾਰ ਨੂੰ ਵੀ ਦੇਖੋ ਜੇ ਸਾਡੀਆਂ ਮੰਗਾਂ ਮੰਨ ਲਓ, ਨਹੀਂ ਕਿੰਨੇ ਮਰਜ਼ੀ ਇੰਤਜ਼ਾਮ ਕਰ ਲਓ। ਕਿਸਾਨਾਂ ਦੇ ਵਿੱਚ ਜੋਸ਼ ਆ, ਜਿਹੜਾ ਹੌਸਲਾ ਪੂਰਾ, ਉਹਨਾਂ ਨੂੰ ਪਤਾ ਵੀ ਅਸੀਂ ਆਪਦੀਆਂ ਮੰਗਾਂ ਮਨਵਾਉਣੀਆਂ ਨੇ। ਜੇ ਮੰਗਾਂ ਨਹੀਂ ਮਨਵਾਉਂਦੇ ਅਸੀਂ ਤਾਂ ਵੀ ਮਰੇ ਪਏ ਹਾਂ, ਨਹੀਂ ਲੜ ਕੇ ਮਰਾਂਗੇ। ਇੱਕ ਜੀ ਗੋਲੀ ਖਾ ਕੇ ਤਾਂ ਮਰਾਂਗੇ ਨਾ, ਮਰਨਾ ਇੱਕ ਦਿਨ ਹੈਗੀ ਹੈਗਾ,
ਪਰ ਮੋਦੀ ਤੇ ਗੱਲ ਮੋਦੀ ਨੂੰ ਦੱਸ ਕੇ ਮਰਾਂਗੇ ਵੀ ਆ ਗਏ ਆ ਜਾ ਟੱਕਰ ਸਾਡੇ ਨਾਲ। ਚਿੱਠੇ ਸਾਹਿਬ ਆਖਿਆ ਜਾ ਰਿਹਾ ਕਿ 11 ਵਜੇ ਤੁਹਾਡਾ ਜੋ ਕਾਫਲਾ ਸੈਂਕੜੇ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਤੇ ਮੌਜੂਦ ਨੇ, ਕੱਲ ਤੋਂ ਹੀ ਮੌਜੂਦ ਨੇ, ਉਹ 11 ਵਜੇ ਇੱਥੋਂ ਤੁਰਨਗੇ? ਬਿਲਕੁਲ ਜੀ, ਸਾਡਾ ਇੱਥੋਂ ਲੰਗਰ ਪਾਣੀ ਆ ਰਿਹਾ, ਲੰਗਰ ਪਾਣੀ ਛਕਣ ਤੋਂ ਬਾਅਦ ਸਾਰੇ ਕਿਸਾਨ ਟਰਾਲੀਆਂ ਤਿਆਰ ਨੇ, ਤੇਲ ਟੈਂਕੀਆਂ, ਕਿਉਂਕਿ ਟਰੈਕਟਰਾਂ ਦੇ ਤੇਲ ਦੀਆਂ ਫੁੱਲਾਂ ਨੇ, ਸਾਰਾ ਸਾਡੇ ਕੋਲ ਰਾਸ਼ਨ ਛੇ ਛੇ ਮਹੀਨਿਆਂ ਦਾ ਸਾਰੇ ਕਿਸਾਨਾਂ ਕੋਲ। 11 ਵਜੇ ਅਸੀਂ ਇੱਥੋਂ ਸਾਡੇ ਜਦੋਂ ਆਗੂ ਆ ਗਏ ਇੱਥੋਂ ਚਾਲੇ ਪਾ ਦੇ ਖਲੋਰੀ ਵੱਲ ਨੂੰ। ਅਜੀਤ ਕੁਲਵਿੰਦਰ, ਚਾਹੇ ਰਣ ਸਿੰਘ ਜੱਟਾ ਹੁਣ ਜਾਂ ਹੋਰ ਆਗੂ ਹੁਣ, ਉਹਨਾਂ ਦਾ ਕਹਿਣਾ ਕਿ 11 ਵਜੇ ਇਸ ਜਗ੍ਹਾ ਤੋਂ ਖਨੌਰੀ ਜੋ ਬਾਰਡਰ ਆ ਪੰਜਾਬ ਹਰਿਆਣਾ ਦਾ ਬਾਰਡਰ ਆ, ਉਸ ਵੱਲ ਕੂਚ ਕਰਨਗੇ ਇਹਨਾਂ ਦੇ ਉਡੀਕ ਆ, ਇਹਨਾਂ ਦੇ ਆਗੂ ਜੋ ਪੰਜਾਬ ਸਟੇਟ ਦੇ ਲੈਵਲ ਦੇ ਆਗੂ ਨੇ ਉਹ ਇੱਥੇ ਪਹੁੰਚਣ ਵਾਲੇ ਨੇ, ਉਸ ਤੋਂ ਬਾਅਦ ਜੋ ਟਰੈਕਟਰ ਟਰਾਲੀਆਂ ਦਾ ਕਾਫਲਾ ਉਹ ਖਨੌਰੀ ਵੱਲ ਜਾਵੇਗਾ। ਠੀਕ ਹੈ ਹਰਜੀਤ, ਤਸਵੀਰਾਂ ਜ਼ਰੂਰ ਸਾਂਝੀਆਂ ਕਰਦੇ ਰਹੋ ਆਪਣੇ ਕੈਮਰਾਮੈਨ ਨੂੰ, ਕਿਉਂਕਿ ਇੱਕ ਵਾਰੀ ਤਸਵੀਰ ਜ਼ਰੂਰ ਕਿ ਕਿੰਨੇ ਕੁ ਕਾਫਲਾ ਇੱਥੇ ਕਿਸਾਨਾਂ ਦਾ ਉਹ ਵਿਖਾਉਂਦੇ ਰਹਿਣ। ਅਤੇ ਨਾਲ ਦੀ ਨਾਲ ਫਤਿਹਗੜ੍ਹ ਦਾ ਰੁੱਖ ਕਰਦੇ ਹਾਂ, ਸਾਡੇ ਪੱਤਰਕਾਰ ਮਨਜਿੰਦਰ ਸਿੰਘ ਇਸ ਵੇਲੇ ਲਾਈਵ ਜੁੜ ਗਏ ਨੇ। ਕਾਫਲਾ ਤੁਸੀਂ ਦੇਖ ਰਹੇ ਹੋ, ਸਰਵਣ ਸਿੰਘ ਪੰਧੇਰ ਸਵਾਰ ਨੇ ਗੱਡੀ ਦੇ ਉੱਤੇ, ਅਤੇ ਨਾਲ ਦੀ ਨਾਲ ਸਾਡੇ ਸਹਿਯੋਗੀ ਮਨਜਿੰਦਰ ਜੁੜ ਗਏ ਨੇ। ਮਨਜਿੰਦਰ, ਕੀ ਕੁਝ ਜਾਣਕਾਰੀ, ਕਿੰਨੀ ਕੁ ਤਾਦਾਦ ਦੇ ਵਿੱਚ ਕਿਸਾਨ ਇਸ ਵੇਲੇ ਟਰੈਕਟਰ ਟਰਾਲੀਆਂ 'ਤੇ ਫਤਿਹਗੜ੍ਹ ਸਾਹਿਬ ਤੋਂ ਨਿਕਲੇ ਨੇ? ਕੁਲਵਿੰਦਰ, ਇਹ ਤਸਵੀਰ ਹੈ ਫਤਿਹਗੜ੍ਹ ਸਾਹਿਬ ਦੀ, ਜਿੱਥੇ ਕਿ ਅੱਜ 13 ਫਰਵਰੀ ਨੂੰ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਪੰਜਾਬ 'ਤੇ ਚਲਾਨ ਕਰ ਦਿੱਤਾ ਗਿਆ ਕਿ ਦਿੱਲੀ ਕੂਚ ਕਰਾਂਗੇ ਅਤੇ ਆਪਣੀਆਂ ਮੰਗਾਂ ਮਨਾ ਕੇ ਪੰਜਾਬ ਮੁੜਾਂਗੇ। ਪਰ ਹੁਣ ਵੇਖ ਸਕਦੇ ਹੋ ਕਿ ਫਤਿਹਗੜ੍ਹ ਸਾਹਿਬ ਤੋਂ ਜਿਹੜਾ ਕਿ ਸਰਵਣ ਸਿੰਘ ਪੰਧੇਰ ਇਸ ਦੀ ਗਵਾਹੀ ਕਰ ਰਹੇ ਨੇ ਕਾਫਲੇ ਦੇ, ਅੱਜ ਵੇਖ ਸਕਦੇ ਹੋ ਕਿ ਪੰਧੇਰ ਸਾਹਿਬ ਦੇ ਵੱਲੋਂ ਇਹ ਵੀ ਸਪੀਚ ਕੀਤੀ ਗਈ ਕਿ ਸਾਡਾ ਜਿਹੜਾ ਕਾਫਲਾ ਵਾ ਜਾਂ ਸਾਡਾ ਜਿਹੜਾ ਕਿਸਾਨਾਂ ਦਾ ਅੰਦੋਲਨ ਆ ਥੋੜ੍ਹਾ ਜਿਹੜਾ ਕਿ ਪੀਸਫੁਲੀ ਹੈਗਾ ਵਾ, ਇਹਦੇ ਵਿੱਚ ਸਰਕਾਰ ਮਾਹੌਲ ਖਰਾਬ ਕਰ ਸਕਦੀ, ਕਿਸਾਨ ਨਹੀਂ ਮਾਹੌਲ ਖਰਾਬ ਕਰ ਸਕਦੇ। ਉਹਨਾਂ ਦੇ ਵੱਲੋਂ ਸਵੇਰੇ ਵੀ ਲਿਵਿੰਗ ਇੰਡੀਆ ਦੇ ਉੱਪਰ ਵੱਡਾ ਬਿਆਨ ਦਿੱਤਾ ਗਿਆ ਸੀ ਕਿ ਕਿਸਾਨਾਂ ਦਾ ਜਿਹੜਾ ਕਿ ਰਵੱਈਆ ਬਿਲਕੁਲ ਸਹੀ ਹੈਗਾ, ਇਹ ਕੇਂਦਰ ਸਰਕਾਰ ਦੀ ਮਨਸ਼ਾ ਨਹੀਂ ਸਹੀ ਲੱਗ ਰਹੀ, ਇਸੇ ਕਰਕੇ ਜਿਹੜਾ ਕਿ ਸਰਕਾਰਾਂ ਮਾਹੌਲ ਖਰਾਬ ਕਰਨਾ ਚਾਹੁੰਦੀਆਂ, ਕਿਉਂਕਿ ਇੱਕ ਪਾਸੇ ਸਰਕਾਰਾਂ ਦੇ ਵੱਲੋਂ ਸਾਨੂੰ ਸੱਦੇ ਆ ਰਹੇ ਨੇ ਕਿ ਮੀਟਿੰਗ ਦੇ ਵਿੱਚ ਆ ਕੇ ਮੀਟਿੰਗ ਦੇ ਵਿੱਚ ਸ਼ਾਮਲ ਹੋਵੋ, ਮੀਟਿੰਗ ਦੇ ਵਿੱਚ ਆਪਣੀਆਂ ਮੰਗਾਂ ਰੱਖੋ, ਪਰ ਦੂਜੇ ਪਾਸੇ ਬੈਰੀਗੇਡ ਲਗਾਏ ਜਾ ਰਹੇ ਨੇ, ਸਾਡੇ ਟਵਿੱਟਰ ਬੰਦ ਕੀਤੇ ਜਾ ਰਹੇ ਨੇ, ਫੇਸਬੁੱਕ ਬੰਦ ਕੀਤੇ ਜਾ ਰਹੇ ਨੇ, ਹਰਿਆਣੇ ਦੇ ਵਿੱਚ ਕਈ ਘਰਾਂ ਦੇ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਆ। ਇੱਥੇ ਤੱਕ ਸਰਵਣ ਸਿੰਘ ਪੰਧੇਰ ਦੇ ਵੱਲੋਂ ਲਿਵਿੰਗ ਇੰਡੀਆ ਦੇ ਉੱਪਰ ਬਿਆਨ ਦਿੱਤਾ ਗਿਆ ਕਿ ਕਈ ਕਿਸਾਨ ਆਗੂਆਂ ਦੇ ਜਿਹੜੇ ਬੱਚਿਆਂ ਨੂੰ ਧਮਕਾਇਆ ਗਿਆ ਵਾ ਕਿ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ, ਜਿਹੜੇ PhD ਕਰਨੇ ਜਾਂ ਜਿਹੜੇ ਪੜ੍ਹ ਰਹੇ ਨੇ ਉਹਨਾਂ ਨੂੰ ਫੇਲ ਕੀਤਾ ਜਾਵੇਗਾ, ਉਹਨਾਂ ਦੀਆਂ ਡਿਗਰੀਆਂ ਕੈਂਸਲ ਕੀਤੀਆਂ ਜਾਣਗੀਆਂ। ਇਹ ਆ ਮਨਸ਼ਾ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ, ਇਹ ਸਰਵਣ ਸਿੰਘ ਪੰਧੇਰ ਕਹਿ ਰਹੇ ਕਿ, ਕਿਉਂਕਿ ਕੱਲ੍ਹ ਤੋਂ ਅਸੀਂ ਕਵਰੀ ਜਿਹੜੀ ਦਿਖਾ ਰਹੇ ਗਰਾਊਂਡ ਜ਼ੀਰੋ ਦੇ ਉੱਪਰ ਲਿਵਿੰਗ ਇੰਡੀਆ ਦੀ ਟੀਮਾਂ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਜੁੜੀਆਂ ਹੋਈਆਂ, ਕਿਸਾਨਾਂ ਦੀ ਆਵਾਜ਼ ਬੁਲੰਦ ਕਰੀਆਂ, ਪਰ ਉੱਥੇ ਵੀ ਕਈ ਪੱਤਰਕਾਰਾਂ ਦੇ ਉੱਪਰ ਜਿਹੜਾ ਕਿ ਸ਼ਿਕੰਜਾ ਹੁਣ ਸਰਕਾਰਾਂ ਦੇ ਵੱਲੋਂ ਕੱਸਿਆ ਜਾ ਰਿਹਾ ਵਾ, ਕੇਂਦਰ ਸਰਕਾਰਾਂ ਦੇ ਵੱਲੋਂ ਕਈਆਂ ਮੀਡੀਆ ਪਰਸਨ ਦੇ ਕੈਮਰੇ ਖੋਹੇ ਜਾ ਰਹੇ ਨੇ, ਉਹਦੇ ਵੀ ਜਿਹੜੀ ਕਿ ਆਵਾਜ਼ ਬੁਲੰਦ ਕੀਤੀ ਹੈ ਸਰਵਣ ਸਿੰਘ ਪੰਧੇਰ ਦੇ ਵੱਲੋਂ। ਪਰ ਹੁਣ ਦੇਖ ਸਕਦੇ ਹੋ ਕਿ ਹਜ਼ਾਰਾਂ ਦੇ ਵਿੱਚ ਮਨਜਿੰਦਰ, ਇੱਕ ਵੱਡੀ ਗੱਲ ਸਰਵਣ ਸਿੰਘ ਪੰਧੇਰ ਨੇ ਕਹੀ, ਕਿਉਂਕਿ ਪਿਛਲੇ ਅੰਦੋਲਨ 'ਚ ਅਸੀਂ ਦੇਖਿਆ ਸੀ ਕਿ ਜਦੋਂ ਬਾਰਡਰ ਤੇ ਪਹੁੰਚੇ ਜਿੱਥੇ ਬੈਰੀਕੇਡਿੰਗ ਸੀ ਉੱਥੇ ਨੌਜਵਾਨਾਂ ਨੇ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਸੀ, ਇਸ ਵਾਰੀ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨੇ ਕਿਹਾ ਕਿ ਮੌਕੇ ਤੇ ਅਸੀਂ ਫੈਸਲਾ ਲਵਾਂਗੇ। ਬਿਲਕੁਲ ਕੁਲਵਿੰਦਰ, ਕਿ ਜਦੋਂ ਸਵਾਲ ਪੁੱਛਿਆ ਗਿਆ ਕਿ ਉਦੋਂ ਮਾਹੌਲ ਕੁਝ ਹੋਰ ਸੀ, ਪਰ ਇਹ ਜਿਹੜਾ ਮਾਹੌਲ ਜਿਹੜਾ ਕਿ ਅਲੱਗ ਹੋ ਚੁੱਕਾ ਵਾ, ਭਾਵੇਂ ਸਰਕਾਰ ਦੇ ਵੱਲੋਂ ਬੈਰੀਗੇਡ ਉਹਨਾਂ ਵੱਲੋਂ ਲਗਾਏ ਗਏ ਨੇ, ਉਹਨਾਂ ਵੱਲੋਂ ਮਾਹੌਲ ਖਰਾਬ ਕੀਤਾ ਜਾ ਰਿਹਾ ਵਾ, ਸਾਡੇ ਵੱਲੋਂ ਪੀਸਫੁਲੀ, ਪਰ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਹੁਣ ਜਾ ਕੇ ਅਸੀਂ ਮੌਕੇ 'ਤੇ ਵੇਖਾਂਗੇ ਮਾਹੌਲ ਕਿੱਦਾਂ ਦਾ ਹੈਗਾ, ਬੈਰੀਗੇਡ ਕਿਹੜੇ ਹੈਗੇ ਆ ਉੱਥੇ। ਇਹ ਵੀ ਚੀਜ਼ ਜ਼ਰੂਰ ਸਾਫ਼ ਹੁੰਦੀ ਆ ਕਿ ਇਹਦੇ ਵਿੱਚ ਚੱਲਦੇ ਅੰਦੋਲਨ ਦੇ ਵਿੱਚ ਕਦੇ ਸੱਦਾ ਵੀ ਆ ਸਕਦਾ ਕਿ ਜਾ ਕੇ ਜਿਹੜੀ ਇਹਨਾਂ ਦੀ ਰਾਤੀ ਜਿਹੜੀ ਮੀਟਿੰਗ ਹੋਈ ਆ 5 ਤੋਂ 6 ਘੰਟੇ ਦੇ ਵਿੱਚ, ਇਸ ਮੀਟਿੰਗ ਦੇ ਵਿੱਚ ਤਾਂ ਕੁਛ ਮਤਾ ਪਾਸ ਨਹੀਂ ਹੋਇਆ, ਕਿਉਂਕਿ ਸਰਵਣ ਸਿੰਘ ਪੰਧੇਰ ਦੇ ਵੱਲੋਂ ਇਹ ਗੱਲ ਕਹੀ ਕਿ ਜੋ ਮੰਤਰੀ ਆਏ ਸਨ ਉਹਨਾਂ ਦਾ ਜਿਹੜਾ ਰਵੱਈਆ ਸੀ ਗੱਲ ਕਰਨ ਦਾ, ਉਹ ਖਿੱਚਦੇ ਪਏ ਸਨ ਕਿਸਾਨਾਂ ਨਾਲ ਗੱਲ ਕਰਦੇ ਹੋਏ, ਅਤੇ ਇਸੇ ਕਰਕੇ ਅਸੀਂ ਮੀਟਿੰਗ ਛੱਡ ਕੇ ਨਹੀਂ ਆ ਸਕਦੇ, ਕਿਉਂਕਿ ਉਹਨਾਂ ਨੇ ਬਾਅਦ 'ਚ ਕਹਿਣਾ ਸੀ ਕਿ ਕਿਸਾਨਾਂ ਦੇ ਵੱਲੋਂ ਮੀਟਿੰਗ ਛੱਡ ਕੇ ਉੱਥੋਂ ਜਿਹੜੇ ਕਿ ਮੀਟਿੰਗ ਦੇ ਵਿੱਚ ਨਹੀਂ ਸੰਬੋਧਨ ਕੀਤਾ। ਪਰ ਹੁਣ ਸਵਾਲ ਆ ਕਿ ਹੁਣ ਜਿਹੜਾ ਅੰਦੋਲਨ ਆ ਉਹ ਤੇਜ਼ ਹੁੰਦਾ ਨਜ਼ਰ ਆ ਰਿਹਾ, ਰੰਗ ਫੜ ਰਿਹਾ ਵਾ, ਅਤੇ ਅੰਦੋਲਨ
ਕਿਸਾਨੀ ਅੰਦੋਲਨ 2.0 ਜਿਹੜਾ ਕਿ ਹੁਣ ਵੱਧ ਚੁੱਕਾ ਵਾ ਕਿ ਥੋੜੇ ਸਮੇਂ ਤੱਕ ਜਿਹੜਾ ਕਿ ਬਿਲਕੁਲ ਮੰਜਿੰਦਰ ਤਸਵੀਰਾਂ ਵਿਖਾਉਂਦੇ ਰਹੋ ਹਰਜੀਤ ਸਿੱਧੂ ਦਾ ਇੱਕ ਵਾਰੀ ਮੁੜ ਤੋਂ ਰੁਕ ਕਰਦੇ ਹਾਂ ਸੰਗਰੂਰ ਦੇ ਵਿੱਚ। ਹਰਜੀਤ ਇੱਕ ਵੱਡਾ ਸਵਾਲ ਇਹ ਹੈ ਕਿ ਸਰਵਣ ਸਿੰਘ ਭੰਦੇਰ ਨੂੰ ਪੁੱਛਿਆ ਗਿਆ ਕਿ ਪਿਛਲੀ ਵਾਰ ਦੀ ਤਰ੍ਹਾਂ ਤੁਸੀਂ ਬੈਰੀਕੇਡ ਹਟਾ ਦੋਗੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮੌਕੇ 'ਤੇ ਦੇਖਾਂਗੇ, ਮੌਕੇ 'ਤੇ ਫੈਸਲਾ ਲਵਾਂਗੇ ਕੀ ਹਾਲਾਤ ਬਣਦੇ ਆ। ਇੱਥੇ ਕੋਈ ਤਿਆਰੀ ਨਜ਼ਰ ਆ ਰਹੀ ਹੈ ਕਿਸਾਨਾਂ ਦੀ ਕਿ ਜੇ ਬੈਰੀਕੇਡ ਹਟਾਉਣੇ ਪਏ, ਕਿਉਂਕਿ ਇਸ ਵਾਰੀ ਤਾਂ ਪਹਿਲਾਂ ਨਾਲੋਂ ਵੱਡੀ ਤਿਆਰੀ ਹੈ ਹਰਿਆਣਾ ਪੁਲਿਸ ਦੀ ਵੀ, ਤਾਂ ਕੋਈ ਕਿਸਾਨਾਂ ਦੀ ਵੀ ਤਿਆਰੀ ਕੀਤੀ ਹੋਈ ਹੈ ਬੈਰੀਕੇਡ ਹਟਾਉਣ ਨੂੰ ਲੈ ਕੇ? ਜੀ ਕੁਲਵਿੰਦਰ, ਬਿਲਕੁਲ, ਜੇਕਰ 2020 ਦੀ ਗੱਲ ਕੀਤੀ ਜਾਵੇ ਉਸ ਵੇਲੇ ਵੀ ਹਰਿਆਣਾ ਸਰਕਾਰ ਦੇ ਵੱਲੋਂ ਜੋ ਬੈਰੀਕੇਡਿੰਗ ਕੀਤੀ ਗਈ ਸੀ, ਇਸ ਤਰ੍ਹਾਂ ਲੱਗਦਾ ਸੀ ਕਿ ਸ਼ਾਇਦ ਕਿਸਾਨ ਮੋਟੇ ਮੋਟੇ ਸੰਗਲਾਂ ਨੂੰ ਨਹੀਂ ਤੋੜ ਪਾਉਣਗੇ ਜੋ ਕੰਡਿਆਲੇ ਵਾਲੀ ਤਾਰ ਲਾਈ ਸੀ, ਕਿ ਸ਼ਾਇਦ ਇਸ ਤੋਂ ਡਰ ਕੇ ਕਿਸਾਨ ਵਾਪਸ ਹੋ ਜਾਣਗੇ। ਪਰ ਕਿਸਾਨਾਂ ਦਾ ਜੋ ਹੌਸਲਾ ਕੁਲਵਿੰਦਰ ਦੇਖਣਾ ਬਣਦਾ, ਸੰਗਰੂਰ ਚੋਂ ਨੀ, ਆਲੇ ਦੁਆਲੇ ਨੇ, ਅੰਮ੍ਰਿਤਸਰ ਤੋਂ ਵੀ ਕਿਸਾਨ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਕੀ ਨਾਮ ਹੈ ਸਰ? ਮੇਰਾ ਨਾਮ ਮੰਗਲ ਸਿੰਘ ਰਾਮਪੁਰਾ, ਅੰਮ੍ਰਿਤਸਰ ਤੋਂ ਮੈਂ ਜ਼ੋਨ ਪ੍ਰਧਾਨ ਹਾਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੰਡਾ। ਸਰ, ਜੇਕਰ ਗੱਲ ਕੀਤੀ ਜਾਵੇ ਕਿ ਇਸ ਵਾਰ ਵੀ ਕੋਈ ਤਿਆਰੀ ਕੀਤੀ ਗਈ ਹੈ ਬੈਰੀਕੇਡ ਨੂੰ ਤੋੜਨ ਦੀ? ਸਾਡੀ ਸਾਰੀ ਤਿਆਰੀ ਹੋ ਚੁੱਕੀ ਆ, ਸਾਰੀ ਰਣਨੀਤੀ ਬਣ ਗਈ ਆ। ਪ੍ਰਧਾਨ ਸਾਹਿਬ ਦਾ ਫੋਨ ਆ, ਉੱਥੇ ਆ ਰਹੇ ਆ, ਤੇ ਸਭ ਹਰਿਆਣੇ ਵਿੱਚ ਜਾਵਾਂਗੇ ਤੇ ਦਿੱਲੀ ਵੀ ਪਹੁੰਚਾਂਗੇ। ਸਰ, ਜੇਕਰ ਪਿਛਲੇ 2020 ਨਾਲੋਂ ਐਤਕੀ ਕਈ ਗੁਣਾ ਵਧੇਰੇ ਬੈਰੀਕੇਡਿੰਗ ਕੀਤੀ ਗਈ ਆ, ਵਧੇਰੇ ਇੰਤਜ਼ਾਮ ਕੀਤੇ ਗਏ ਨੇ ਹਰਿਆਣਾ ਸਰਕਾਰ ਦੇ ਵੱਲੋਂ, ਲੱਗਦਾ ਕਿ ਕਿਸਾਨ ਉਹਨਾਂ ਬੈਰੀਕੇਡ ਉਹਨਾਂ ਔਕੜਾਂ ਨੂੰ ਟੱਪ ਕੇ ਹਰਿਆਣਾ ਪਹੁੰਚ ਕੇ ਦਿੱਲੀ ਪਹੁੰਚ ਸਕਣਗੇ? ਬਿਲਕੁਲ ਜੀ, ਐਰਕਾਂ ਦੀ ਵਾਰੀ ਜਿੱਡੀ ਵੱਡੀ ਸਰਕਾਰ ਹਰਿਆਣਾ ਸਰਕਾਰ ਨੇ ਤਿਆਰੀ ਕੀਤੀ ਆ, ਉਹਦੇ ਨਾਲੋਂ ਕਿਤੇ ਵੱਡੀ ਜਿਹੜੀ ਕਿਸਾਨ ਜਥੇਬੰਦੀਆਂ ਦੀ ਪੰਜਾਬ ਤੇ ਨਾਲ ਹਰਿਆਣੇ ਦੇ ਕਿਸਾਨਾਂ ਨੇ ਵੱਡੀ ਤਿਆਰੀ ਕੀਤੀ ਆ। ਕਿਸੇ ਬੈਰੀਕੇਡਿੰਗ ਦੀ ਪਰਵਾਹ ਨਹੀਂ ਆ ਕੋਈ, ਨਾ ਕੋਈ ਕਿਸਾਨ ਬੈਰੀਕੇਡਿੰਗ ਤੋਂ ਡਰੂਗਾ ਨਾ ਡਰਦਾ, ਕਿਉਂਕਿ ਅਸੀਂ ਆਪਣੀ ਨਸਲਾਂ ਤੇ ਫਸਲਾਂ ਦੀ ਲੜਾਈ ਲੜਦੇ ਹਾਂ। ਜੇ ਅਸੀਂ ਨਸਲਾਂ ਫਸਲਾਂ ਦੀ ਲੜਾਈ ਲੜਦੇ ਹਾਂ, ਸਾਨੂੰ ਕੁਝ ਹੋ ਵੀ ਜਾਓ ਤੇ ਸਾਨੂੰ ਉਹਦੀ ਵੀ ਪਰਵਾਹ ਕੋਈ ਨਹੀਂ ਆ, ਤਕੜੇ ਹੋ ਕੇ ਜਾਵਾਂਗੇ। ਸਿਰਫ ਸਾਨੂੰ ਅਸੀਂ ਆਗੂ ਇੱਥੇ ਜਿਹੜੇ ਸਾਡੇ ਆਉਣ ਲਿਆ ਪਿੱਛੇ, ਉਹਨਾਂ ਦਾ ਹੁਕਮ ਆ, ਜਦੋਂ ਵੀ ਉਹ ਆ ਗਏ ਉਦੋਂ ਅਸੀਂ ਲਗਭਗ 11 ਵਜੇ ਲਗਭਗ ਇੱਥੋਂ ਕੂਚ ਕਰਨਾ ਵਾ, ਤੇ ਸਾਰੇ ਕਿਸਾਨ ਜਿਸ ਤਰ੍ਹਾਂ ਇੱਥੇ ਵੱਡੇ ਕਾਫਲਿਆਂ ਦੇ ਨਾਲ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਦੇ, ਹਰਿਆਣਾ ਦੇ ਵਿੱਚ ਵੱਖ ਵੱਖ ਥਾਵਾਂ ਦੇ ਹਜ਼ਾਰਾਂ ਹੀ ਟਰਾਲੀਆਂ ਜਿਹੜੀਆਂ ਇਕੱਠੇ ਹੋ ਕੇ ਹਜ਼ਾਰਾਂ ਲੱਖਾਂ ਕਿਸਾਨ ਤਿਆਰ ਆ, ਤੇ ਜਦੋਂ ਵੀ ਕੋਈ ਵੀ ਉਧਰੋਂ ਹੁਕਮ ਆਉਂਦਾ ਤਕੜੇ ਹੋ ਕੇ ਮੁਕਾਬਲਾ ਕਰਾਂਗੇ ਸਰਕਾਰ ਦਾ। ਜੀ ਪ੍ਰਧਾਨ ਜੀ, ਜੇਕਰ ਗੱਲ ਕੀਤੀ ਜਾਵੇ ਬੈਰੀਕੇਡਿੰਗ ਦੇ ਨਾਲ ਨਾਲ 20-25 ਫੁੱਟ ਟੋਏ ਵੀ ਪੁੱਟੇ ਗਏ ਨੇ, ਤੇ ਜੋ ਪਿੰਡ ਦੇ ਰਸਤੇ ਨੇ ਉਹਨਾਂ ਨੂੰ ਵੀ ਸੀਲ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਕਿ ਇਸ ਵਾਰ ਕਿਸਾਨ ਦਾਖਲ ਹੀ ਨਹੀਂ ਹੋ ਸਕਦਾ। ਇਹ ਸਰਕਾਰ ਦਾ ਭਰਮ ਭੁਲੇਖਾ ਇਹ ਵੀ ਅੱਜ ਨਿਕਲੂਗਾ ਵੀ ਸਰਕਾਰ ਆਉਂਦੀ ਆ ਵੀ ਅਸੀਂ ਦਾਖਲ ਨਹੀਂ ਹੋਣਾ। ਇਹ ਅੱਜ ਜਿਹੜੇ ਭਰਮ ਭੁਲੇਖੇ ਜਿਹੜੇ ਆ ਪੰਜਾਬ ਤੇ ਜਿਹੜੇ ਹਰਿਆਣਾ ਦੇ ਬਾਰਡਰਾਂ ਦੇ ਅੱਜ ਨਿਕਲ ਜਾਣਗੇ, ਸਰਕਾਰ ਦੇ ਵੀ ਨਿਕਲ ਜਾਣਗੇ ਤੇ ਕਿਸਾਨਾਂ ਦੇ ਵੀ ਨਿਕਲ ਜਾਣਗੇ ਵੀ ਕਿਸਾਨਾਂ ਦੇ ਅਸੀਂ ਪਾਵਰ ਦੇ ਵਿੱਚ ਆ, ਸਰਕਾਰਾਂ ਦੀ ਅਸੀਂ ਪਾਵਰ ਦੇ ਵਿੱਚ। ਅੱਜ ਉੱਥੇ ਸਾਰੇ ਭਰਮ ਭੁਲੇਖੇ ਨਿਕਲਣਗੇ ਜੀ। ਜੀ ਨੌਜਵਾਨ ਖੜੇ ਨੇ ਕੁਲਵਿੰਦਰ, ਨੌਜਵਾਨਾਂ ਗੱਲ ਕਰ ਲੈਂਦੇ ਆ। ਹਮੇਸ਼ਾ ਨੌਜਵਾਨਾਂ ਦਾ ਇਸ ਅੰਦੋਲਨ ਦੇ ਵਿੱਚ ਚਾਹੇ 2020 ਹੋਵੇ ਵੱਡਾ ਰੋਲ ਰਿਹਾ, ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ? ਤਿਆਰੀਆਂ ਪੂਰੀਆਂ ਫੁੱਲ ਜ਼ੋਰਾਂ ਤੇ ਨੇ ਜੀ, ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਟੋਏ ਟਾਏ ਜਿਹੜੇ ਤੇਲ ਦਾ ਉਂਜਲਾਂ ਨਾਲੇ ਭਰ ਦਾਂਗੇ ਅਸੀਂ, ਜਿਹੜੇ ਪੱਥਰ ਪੁੱਥਰ ਨੇ ਚੱਕ ਕੇ ਪਰੇ ਮਾਰਾਂਗੇ ਉਹਦਾ ਖੁਦਾਂ ਵਾਂਗੂ, ਸਾਨੂੰ ਕੋਈ ਪਰਵਾਹ ਨਹੀਂ, ਪੂਰਾ ਜੋਸ਼ 'ਚ ਜਾਵਾਂਗੇ। ਹਰਿਆਣੇ ਨੂੰ ਤਾਂ ਵਿਚਾਰਨ ਦੀ ਲੋੜ ਹੀ ਨਹੀਂ ਹੈਗੀ, ਜੇ ਜਾਣਾ ਅਸੀਂ ਦਿੱਲੀ ਆ ਗਾ, ਹਰਿਆਣਾ ਉਹੀ ਪੰਗੇ ਲਈ ਜਾਂਦਾ। ਇਹ ਖੱਟਰ ਦੇ ਸਾਰੇ ਕੁਛ ਕਰਿਆ ਹੋਇਆ ਗਾ, ਇਹ ਖੱਟਰ ਨੂੰ ਦਿਖਾ ਦਾਂਗੇ ਅੱਜ ਵੀ ਕੀ ਚੀਜ਼ ਆ ਅਸੀਂ। ਜੇਕਰ ਵੀਰੇ ਗੱਲ ਕੀਤੀ ਜਾਵੇ ਤਾਂ ਸੜਕ ਦੇ ਵਿਚਕਾਰ ਛੁਰੀਆਂ ਲਗਾ ਦਿੱਤੀਆਂ ਗਈਆਂ ਨੇ, ਮੋਟੀਆਂ ਮੋਟੀਆਂ ਤਿੱਖੀਆਂ ਤਿੱਖੀਆਂ ਛੁਰੀਆਂ ਨੇ, ਕਿ ਉਹਨਾਂ ਨੂੰ ਟਰੈਕਟਰ ਪਾਰ ਕਰਨ ਪਾਉਣਗੇ? ਸਭ ਕੁਛ ਹੋਊਗਾ ਜੀ, ਛੁਰੀਆਂ ਸਾਰੀਆਂ ਤਾਂ ਪਹਿਲਾਂ ਵੀ ਲਾਈਆਂ ਤੀ ਉਹਨਾਂ ਨੇ, ਉਹ ਪੈਰਾਂ ਨਾਲ ਹੀ ਮੋੜਤੀਆਂ ਤੀ।
ਹੁਣ ਵੱਡੀਆਂ ਲਾਤੀਆਂ ਉਹਨਾਂ ਨੂੰ ਥੋੜਿਆਂ ਨਾਲ ਚੱਕ ਦਾਂਗੇ। ਕਣਕੋਂ ਨੂੰ ਸਭ ਸਾਰਾ ਕੁਛ ਸਾਡੇ ਕੋਲ ਆ ਜੀ, ਘਣਾ ਜਦੋਂ ਪਏ ਉਹਨਾਂ ਦੇ ਘਣ ਸੂਰੀਆਂ ਸਾਰੀਆਂ ਤਾਂ ਉਹਦੀ ਮੋੜ ਦਾਂਗੇ ਸਾਰਾ ਕੁਛ। ਜੀ ਕੁਲਵਿੰਦਰ, ਨੌਜਵਾਨ ਦਾ ਕਹਿਣਾ ਕਿ ਜਿੱਥੇ ਉਹਨਾਂ ਨੇ ਸੜਕ ਦੇ ਵਿਚਕਾਰ ਟਿੱਕੀਆਂ ਛੁਰੀਆਂ ਲਗਾਈਆਂ ਗਈਆਂ ਨੇ, ਪਰ ਉੱਥੇ ਹੀ ਨੌਜਵਾਨ ਦਾ ਕਹਿਣਾ ਕਿ ਸਾਡੇ ਕੋਲੇ ਟਰੈਕਟਰ ਟਰਾਲੀਆਂ ਦੇ ਵਿੱਚ ਘਣ ਵੀ ਮੌਜੂਦ ਨੇ। ਬਿਲਕੁਲ, ਤਿਆਰੀ ਖਿੱਚੀ ਹੋਈ ਹੈ ਕਿਸਾਨਾਂ ਨੇ। ਤਸਵੀਰਾਂ ਹਰਜੀਤ ਲਗਾਤਾਰ ਸਿੱਧੀਆਂ ਕਰਦੇ ਰਹੋ ਸਾਡੇ ਨਾਲ, ਲਗਾਤਾਰ ਤੁਸੀਂ ਬਣੇ ਰਹੋ ਅਤੇ ਤਸਵੀਰਾਂ ਸਿੱਧੀਆਂ ਅਸੀਂ ਵਿਖਾਉਂਦੇ ਰਹਾਂਗੇ। ਖਨੌਰੀ ਤੋਂ ਵਾਲੇ ਪਾਸੇ ਤੋਂ ਵੀ ਕਿਸਾਨਾਂ ਨੇ ਜਾਣਾ ਹੈ, ਸ਼ੰਭੂ ਵਾਲੇ ਪਾਸੇ ਤੋਂ, ਦੱਬ ਵਾਲੀ ਪਾਸੇ ਤੋਂ ਕਿਸਾਨ ਵੱਡੀ ਗਿਣਤੀ 'ਚ ਕੂਚ ਕਰਨ ਲਈ ਤਿਆਰ ਨੇ। ਇਸ ਵਿਚਾਲੇ ਵੱਡੀ ਖਬਰ ਹੈ, ਬਾਰ ਐਸੋਸੀਏਸ਼ਨ ਦੇ ਵੱਲੋਂ CGI ਨੂੰ ਚਿੱਠੀ ਲਿਖੀ ਗਈ ਹੈ ਅਤੇ ਕਿਸਾਨਾਂ ਦੇ ਖਿਲਾਫ ਐਕਸ਼ਨ ਲੈਣ ਦੀ ਮੰਗ ਕੀਤੀ ਗਈ ਹੈ। CGI ਨੂੰ ਸੂ ਮੋਟੋ ਲੈਣ ਦੇ ਲਈ ਇਹ ਚਿੱਠੀ ਲਿਖੀ ਗਈ ਹੈ ਕਿ ਤੁਸੀਂ ਖੁਦ ਨੋਟਿਸ ਲਓ ਜੋ ਇਸ ਵੇਲੇ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਹੈ, ਕਿਉਂਕਿ ਲਗਾਤਾਰ ਕਿਸਾਨ ਦਿੱਲੀ ਦੇ ਵੱਲ ਵੱਧ ਰਹੇ ਨੇ। ਤਾਂ ਇਸੇ ਨੂੰ ਲੈ ਕੇ ਇਹ ਚਿੱਠੀ ਲਿਖੀ ਗਈ ਹੈ ਅਤੇ ਨੋਟਿਸ ਲੈਣ ਦੀ ਮੰਗ ਕੀਤੀ ਗਈ ਹੈ ਚੀਫ ਜਸਟਿਸ ਆਫ ਇੰਡੀਆ ਦੇ ਕੋਲੋਂ ਇਸ ਚਿੱਠੀ ਦੇ ਜ਼ਰੀਏ। ਅਤੇ ਕਿਹਾ ਗਿਆ ਹੈ ਕਿ ਕਿਉਂਕਿ ਕਿਸਾਨ ਦਿੱਲੀ ਵਾਲੇ ਪਾਸੇ ਵੱਧ ਰਹੇ ਨੇ, ਇਸ ਦਾ ਨੋਟਿਸ ਲਿਆ ਜਾਵੇ। ਬਾਰ ਐਸੋਸੀਏਸ਼ਨ ਦੇ ਵੱਲੋਂ ਚਿੱਠੀ ਲਿਖ ਕੇ ਚੀਫ ਜਸਟਿਸ ਆਫ ਇੰਡੀਆ ਨੂੰ ਇਸ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ ਦੂਜੇ ਪਾਸੇ ਹਾਈਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਜਿਹੜੀ ਹੈ ਦਾਖਲ ਕੀਤੀ ਗਈ, ਕਿਉਂਕਿ ਧਾਰਾ 144 ਲਾਈ ਗਈ ਹੈ। ਦਿੱਲੀ ਦੇ ਵਿੱਚ ਵੀ, ਹਰਿਆਣੇ ਦੇ ਵਿੱਚ ਵੀ ਅਤੇ ਚੰਡੀਗੜ੍ਹ ਦੇ ਵਿੱਚ ਵੀ ਇਸ ਦੌਰਾਨ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ। ਟ੍ਰੈਫਿਕ ਦੇ ਵਿੱਚ ਵੀ ਲੋਕਾਂ ਨੂੰ ਵੱਡੀ ਮੁਸ਼ਕਲ ਪੇਸ਼ ਆ ਰਹੀ ਹੈ, ਜੋ ਨੈਸ਼ਨਲ ਹਾਈਵੇ ਦੇ ਉੱਤੇ ਬੈਰੀਕੇਡਿੰਗ ਕੀਤੀ ਗਈ ਹੈ। ਤਾਂ ਉਹਨੂੰ ਲੈ ਕੇ ਵੀ ਇੱਕ ਪਟੀਸ਼ਨ ਜਿਹੜੀ ਹੈ, ਜਨਹਿਤ ਪਟੀਸ਼ਨ ਹਾਈਕੋਰਟ 'ਚ ਦਾਖਲ ਕੀਤੀ ਗਈ ਹੈ ਅਤੇ ਸਵਾਲ ਖੜੇ ਕੀਤੇ ਗਏ ਨੇ ਕਿ ਇਸ ਨਾਲ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਨੇ। ਪਰ ਕਿਸਾਨ ਹੁਣ ਵਧਣੇ ਸ਼ੁਰੂ ਹੋ ਚੁੱਕੇ ਨੇ। ਸੰਗਰੂਰ ਦੇ ਵਿੱਚ ਸਾਡੇ ਪੱਤਰਕਾਰ ਹਰਜੀਤ ਸਿੱਧੂ ਇਸ ਵੇਲੇ ਤਸਵੀਰਾਂ ਦਿਖਾ ਰਹੇ ਨੇ। ਕਿਸਾਨਾਂ ਨੇ ਕਿਹਾ ਕਿ 11 ਵਜੇ ਅਸੀਂ ਕੂਚ ਕਰਾਂਗੇ, ਜਿਵੇਂ ਹੀ ਸਾਡੇ ਲੀਡਰਾਂ ਦੇ ਵੱਲੋਂ ਕਿਹਾ ਜਾਂਦਾ ਤਾਂ ਅਸੀਂ ਹਰਿਆਣੇ ਦੇ ਵੱਲ ਵਧਣਾ ਸ਼ੁਰੂ ਹੋ ਜਾਵਾਂਗੇ। ਦੂਜੇ ਪਾਸੇ ਫਤਿਹਗੜ੍ਹ ਸਾਹਿਬ ਦੇ ਵਿੱਚ ਸਰਵਣ ਸਿੰਘ ਪੰਧੇੜ ਦੀ ਅਗਵਾਈ 'ਚ ਕਾਫਲਾ ਇਸ ਵੇਲੇ ਲਗਾਤਾਰ ਅੱਗੇ ਵੱਧ ਰਿਹਾ ਹੈ। ਸਾਡੇ ਪੱਤਰਕਾਰ ਮਨਜਿੰਦਰ ਸਿੰਘ ਉੱਥੇ ਮੌਜੂਦ ਨੇ। ਮਨਜਿੰਦਰ, ਗੱਡੀਆਂ ਅਸੀਂ ਵੇਖ ਪਾ ਰਹੇ ਹਾਂ, ਕਿੰਨੀ ਕੁ ਗਿਣਤੀ 'ਚ ਟਰੈਕਟਰ ਨੇ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਇਹ ਕਾਫਲਾ ਜਾ ਰਿਹਾ ਹੈ, ਅਤੇ ਕੀ ਇੱਥੇ ਵੀ ਕੋਈ ਤਿਆਰੀ ਹੈ ਕਿ ਬੈਰੀਕੇਡ ਜੇਕਰ ਹਟਾਉਣੇ ਪੈਂਦੇ ਨੇ ਤਾਂ ਇੱਥੇ ਕੀ ਤਿਆਰੀ ਕੀਤੀ ਹੋਈ ਹੈ ਕਿਸਾਨਾਂ ਨੇ? ਇਹ ਬਿਲਕੁਲ ਕੁਲਵਿੰਦਰ, ਇਹ ਜਿਹੜੀਆਂ ਤਸਵੀਰਾਂ ਨੇ ਫਤਿਹਗੜ੍ਹ ਸਾਹਿਬ ਦੀਆਂ ਨੇ ਕਿ ਜਿੱਥੇ ਕਿ 20 ਕਿਲੋਮੀਟਰ ਹੁਣ ਫਤਿਹਗੜ੍ਹ ਸਾਹਿਬ ਤੋਂ ਅਸੀਂ ਅੱਗੇ ਵੱਧ ਚੁੱਕੇ ਹਾਂ ਅਤੇ ਜਿੱਥੇ ਟਰੈਕਟਰਾਂ ਦਾ, ਗੱਡੀਆਂ ਦਾ, ਮੋਟਰਸਾਈਕਲਾਂ ਦਾ ਕਾਫਲਾ ਜਿਹੜਾ ਵੱਧਦਾ ਨਜ਼ਰ ਆ ਰਿਹਾ। ਪਰ ਹੁਣ ਜਿਹੜੇ ਕਿਸਾਨ ਆਗੂ ਹੈਗੇ ਨੇ ਉਹਨਾਂ ਦੇ ਵੱਲੋਂ ਇਹ ਵੀ ਚੀਜ਼ ਕਹੀ ਆ ਕਿ ਜੇ ਅਸੀਂ ਹੁਣ ਆਪਣੇ ਹੱਕ ਲੈਣੇ ਆ ਤਾਂ ਸਾਨੂੰ ਬੈਰੀਕੇਡ ਤੋੜਨੇ ਪੈਣਗੇ। ਪਰ ਸਰਵਨ ਸਿੰਘ ਪੰਧੇਰ ਕਹਿ ਰਹੇ ਸੀ ਮੌਕੇ 'ਤੇ ਜਾ ਕੇ ਵੇਖਿਆ ਜਾਵੇਗਾ ਕੀ ਸਥਿਤੀ ਹੈਗੀ ਆ, ਉਸ ਸਥਿਤੀ ਦੇ ਨਾਲ ਜਿਹੜੇ ਕਿ ਮੀਡੀਆ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਤਾਂ ਉਸੇ ਜਾ ਕੇ ਜੇ ਪ੍ਰਸ਼ਾਸਨ ਜੇ ਮੰਨੂਗਾ ਠੀਕ ਹੈ, ਨਹੀਂ ਤਾਂ ਅੱਗੇ ਵਧਾਂਗੇ। ਪਰ ਦੂਜੇ ਪਾਸੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਜਾਂ ਹਰ ਇੱਕ ਕਸਬਿਆਂ ਦੇ ਵਿੱਚੋਂ ਲੋਕ ਬਾਹਰ ਨਿਕਲ ਕੇ ਆ ਚੁੱਕੇ ਨੇ ਅਤੇ ਕਿਸਾਨਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਨੇ। ਆਹ ਦੇਖ ਸਕਦੇ ਹੋ ਕਿ ਸਰਵਨ ਸਿੰਘ ਪੰਧੇਰ ਆ ਮਹਿੰਦਰਾ ਗੱਡੀ ਦੇ ਉੱਪਰ ਆਪਣੇ ਜਿਹੜੇ ਕਿ ਆਗੂਆਂ ਦੇ ਨਾਲ ਚੜੇ ਹੋਏ ਨੇ, ਜਿਹੜੇ ਕਿ ਸੰਬੋਧਨ ਕਰ ਰਹੇ ਨੇ, ਅਤੇ ਉਹਨਾਂ ਦੇ ਵੱਲੋਂ ਇਹ ਵੀ ਆਪਣੇ ਟੀਮਾਂ ਨੂੰ ਜਿਹੜੀਆਂ ਕਿ ਅਲਰਟ ਕਰ ਦਿੱਤਾ ਗਿਆ ਵੋਕੀ ਟੋਕੇ, ਕਿਉਂਕਿ ਨੈੱਟ 'ਤੇ ਕਈ ਜਗ੍ਹਾ ਦੇ ਉੱਪਰ ਬੰਦ ਕਰ ਦਿੱਤੇ ਨੇ, ਉਹਨਾਂ ਦੇ ਅਕਾਊਂਟ ਬੰਦ ਕਰ ਦਿੱਤੇ ਨੇ, ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ। ਪਰ ਦੂਜੇ ਪਾਸੇ ਉਹਨਾਂ ਦੇ ਵੱਲੋਂ ਵੋਕੀ ਟੋਕੀ ਦੇ ਉੱਪਰ ਆਪਣੇ ਜਿਹੜੇ ਆਗੂ ਹੈਗੇ ਨੇ ਉਹਨਾਂ ਨਾਲ ਰਾਬਤਾ ਰੱਖਿਆ ਗਿਆ, ਅਤੇ ਇੱਕ ਟ੍ਰੈਫਿਕ ਦੀ ਜਿਹੜੀ ਸਮੱਸਿਆ ਆਉਂਦੀ ਪਈ ਸੀ ਉਹਨੂੰ ਵੀ ਰੂਲ ਜਿਹੜਾ ਕੀਤਾ ਗਿਆ ਵਾ ਕਿ ਸਾਡੀ ਇੱਕੋ ਹੀ ਲਾਈਨ ਜਿਹੜੀ ਦੇ ਵਿੱਚ ਟਰੈਕਟਰ ਚੱਲਣਗੇ, ਕਿਸੇ ਵੀ ਲੋਕ ਪਬਲਿਕ ਨੂੰ ਕਿਸੇ ਵੀ ਟ੍ਰੈਫਿਕ ਦਾ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪਰ ਕਹਿ ਸਕਦਾ ਕਿ ਹਜੇ ਤੱਕ ਤਾਂ ਪੂਰਾ ਜਿਹੜਾ ਕਾਫਲਾ ਵਾ ਬਿਲਕੁਲ ਸ਼ਾਂਤੀ ਤਰੀਕੇ ਦੇ ਨਾਲ ਜਾ ਰਿਹਾ ਵਾ। ਅੱਗੇ ਜੋ ਸਥਿਤੀਆਂ ਵੱਧਦੀਆਂ ਜਾਣਗੀਆਂ, ਜੋ ਬਾਰਡਰ ਦਾ ਏਰੀਆ ਆਵੇਗਾ ਉੱਥੇ ਕੀ ਹੁੰਦਾ ਇਹ ਆਉਣ ਵਾਲਾ ਹੁਣ ਸਮਾਂ ਦੱਸਾਂਗੇ। ਪਰ ਲਿਵਿੰਗ ਇੰਡੀਆ ਪਲ ਪਲ ਦੇ ਜਿਹੜੀ ਅਪਡੇਟ ਆਪਣੇ ਲੋਕਾਂ ਨੂੰ, ਦਰਸ਼ਕਾਂ ਨੂੰ ਪਹੁੰਚਾ ਰਹੀ ਹੈ, ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਹੋਏ ਨੇ ਜਾਂ ਲੋਕ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ, ਕਿ ਲੋਕ ਜਿਹੜਾ ਸਮਰਥਨ ਕਰ, ਕਿਉਂਕਿ ਮਨਜਿੰਦਰ ਵਾਪਸ ਆਵਾਂਗੇ ਇਸ ਵਿਚਾਲੇ। ਸਰਵਣ ਸਿੰਘ ਪੰਧੇਰ ਨੇ ਥੋੜ੍ਹੀ ਦੇਰ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਕਈ ਵੱਡੀਆਂ ਗੱਲਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਇੱਕ ਇਹ ਵੀ ਕਿਹਾ ਕਿ ਮੀਡੀਆ ਦਾ ਇੱਕ ਹਿੱਸਾ, ਕਿਉਂਕਿ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਮੁੜ ਤੋਂ ਸਵਾਲ ਖੜੇ ਕਰ ਰਿਹਾ ਹੈ, ਤੇ ਉਹਨੇ ਕਿਹਾ ਕਿ ਸਾਨੂੰ ਪੋਲੀਟੀਕਲ ਪਾਰਟੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਸਿਆਸੀ ਪਾਰਟੀਆਂ ਜਿਹੜੀਆਂ ਨੇ ਕੁਝ ਜੋ ਕੇਂਦਰ
ਦੇ ਵਿੱਚ ਬੀਜੇਪੀ ਸਰਕਾਰ ਦੇ ਖਿਲਾਫ ਨੇ, ਉਹ ਕਿਸਾਨਾਂ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾ ਰਹੀਆਂ ਨੇ ਅਤੇ 24 ਤੋਂ ਪਹਿਲਾਂ ਕਿਸਾਨਾਂ ਦੇ ਜ਼ਰੀਏ ਜਿਹੜਾ ਇਹ ਵਿਰੋਧੀ ਧਿਰਾਂ ਅਜਿਹਾ ਕਰਨਾ ਚਾਹੁੰਦੀਆਂ ਨੇ। ਤਾਂ ਸਰਬਜੀਤ ਸਿੰਘ ਪੰਦੇ ਨੇ ਪ੍ਰੈਸ ਕਾਨਫਰੰਸ ਕਰਦਿਆਂ ਕੀ ਕੁਝ ਕਿਹਾ, ਇੱਕ ਵਾਰੀ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਮੈਂ ਸਰਵਣ ਸਿੰਘ ਪੰਦੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ, ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਬੋਲਦਾ। ਮੇਰੇ ਨਾਲ ਹਰਿਆਣੇ ਦੇ ਆਗੂ ਨੇ, ਭਨੇੜੀ ਸਾਹਿਬ ਖੜ੍ਹੇ ਨੇ, ਮੱਧ ਪ੍ਰਦੇਸ਼ ਦੇ ਲੀਡਰ ਨੇ, ਯੂਪੀ ਦੇ ਲੀਡਰ ਹੈਗੇ ਨੇ, ਉੱਤਰ ਪ੍ਰਦੇਸ਼ ਦੇ। ਤੋ ਆਜ ਹਮ ਪੂਰੇ ਭਾਰਤ ਕੇ ਸਮਕਸ਼ ਆਪਣੀ ਵਾਰਤਾ ਰੱਖਣਾ ਚਾਹਤੇ ਹੈ। ਹਮਨੇ ਭਰਸਕ ਕੋਸ਼ਿਸ਼ ਕੀ ਕੱਲ ਕੀ ਮੀਟਿੰਗ ਮੇਂ ਵੀ ਕੋਈ ਨਾ ਕੋਈ ਇਸ ਤਰ੍ਹਾਂ ਕਾ ਨਿਰਣੈ ਹੋ ਜਾਏ, ਜਿਸਸੇ ਹਮ ਜੋ ਹੈ ਸਰਕਾਰ ਸੇ ਟਕਰਾਅ ਸੇ ਬਚੇ, ਔਰ ਕੁਛ ਹਮੇਂ ਮਿਲੇ, ਜਿਸਕੀ ਹਮੇਂ ਆਸ਼ਾ ਥੀ। ਹਮ ਆਸ਼ਾ ਕਰਕੇ ਹੀ, ਭਰੋਸਾ ਕਰਕੇ ਹੀ 5 ਘੰਟੇ ਮੀਟਿੰਗ ਮੇਂ ਬੈਠੇ ਰਹੇ। ਹਮਨੇ ਉਨਕੇ ਸਮਕਸ਼ ਹਰਿਆਣਾ ਕੀ ਪੋਜੀਸ਼ਨ ਰੱਖੀ ਵੀ ਹਰਿਆਣਾ ਕੋ ਆਪਨੇ ਬਿਲਕੁਲ ਕਸ਼ਮੀਰ ਕੀ ਵੈਲੀ ਬਣਾ ਦਿਆ ਹੈ। ਆਪ ਹਰਿਆਣਾ ਮੇਂ ਹਰ ਗਾਂਵ ਮੇਂ ਪੁਲਿਸ ਭੇਜ ਰਹੇ ਹੈ, ਹਰਿਆਣਾ ਕੇ ਹਰ ਗਾਂਵ ਨੇ ਵਾਟਰ ਕੈਨਨ ਭੇਜੇ ਹੈ, ਆਪਨੇ ਹਰਿਆਣਾ ਕੇ ਹਰ ਗਾਂਵ ਮੇਂ ਪਟਵਾਰੀ ਜਾ ਰਹੇ ਹੈ, ਹਰਿਆਣਾ ਕੇ ਹਰ ਗਾਂਵ ਕੇ ਕਿਸਾਨਾਂ ਕੋ ਰਿਸ਼ਤੇਦਾਰੋਂ ਕੋ ਤੰਗ ਕੀਆ ਜਾ ਰਿਹਾ, ਬੋਲਾ ਜਾ ਰਿਹਾ ਆਪਕਾ ਬੇਟਾ MBBS ਕਰ ਰਿਹਾ, ਉਸੇ ਕਰਨੇ ਨਹੀਂ ਦੇਂਗੇ, ਆਪਕਾ ਬੇਟਾ ਡਿਗਰੀ ਜਿਸ ਤਰ੍ਹਾਂ ਕੇ ਉਸਕੋ ਹੋਨੇ ਨਹੀਂ ਦੇਂਗੇ, ਆਪਕਾ ਘਰ ਭਾਈ ਨੌਕਰੀ ਕਰ ਰਿਹਾ ਉਸੇ ਨੌਕਰੀ ਸੇ ਨਿਕਾਲ ਦੇਂਗੇ, ਔਰ ਆਪਕੇ ਪਾਸਪੋਰਟ ਰੱਦ ਕਰ ਦੇਂਗੇ। ਤੋ ਇਸ ਤਰ੍ਹਾਂ ਕੀ ਮਤਲਬ ਅਨ ਤਰ੍ਹਾਂ ਕੀ ਪੜਤਾੜਨਾ ਅਧਿਕ ਸੇ ਅਧਿਕ ਹੈ, ਜਿਸ ਤਰ੍ਹਾਂ ਕਾ ਵੀ ਹਮ ਕਹਿ ਲੇ ਅਧਿਕ ਸੇ ਅਧਿਕ ਹੈ। ਔਰ ਦੇਖੀਏ ਆਪ ਪੰਜਾਬ ਹਰਿਆਣਾ ਕਿਸੇ ਭਾਰਤ ਕੇ ਦੋ ਰਾਜ ਨਹੀਂ, ਐਸੇ ਲੱਗਤਾ ਹੈ ਇਹ ਇੰਟਰਨੈਸ਼ਨਲ ਬਾਰਡਰ ਬਣ ਗਏ ਹੈ, ਜੋ ਹਮੇਂ ਜੋ ਨਜ਼ਰ ਆ ਰਿਹਾ ਹੈ। ਅਬ ਹਮੇਂ ਮੀਡੀਆ ਬੋਲਤਾ ਥਾ ਆਪ ਰੋਡ ਰੋਕਤੇ ਹੈ, ਇਸੇ ਲੋਕੋਂ ਕੋ ਤਕਲੀਫ ਹੋਤੀ ਹੈ। ਹਮ ਤੋ ਆਜ ਵੀ ਨਹੀਂ ਕਹਿ ਰਹੇ ਰੋਡ ਬਲੋਕ ਕਰੇਂਗੇ, ਆਜ ਵੀ ਨਹੀਂ ਕਹਿ ਰਹੇ ਕਿ ਹਮ ਕਹਾਂ ਰੋਡ ਰੋਕੋਗੇ। ਅਬ ਤੋ ਸਰਕਾਰ ਨੇ ਸਵਯਮ ਰੋਡ ਰੋਕ ਰੱਖੀ ਹੈ ਪਿਛਲੇ 2-3 ਦਿਨ ਸੇ, ਔਰ ਜੋ ਵੋ ਦਿਖਾ ਰਹੇ ਹੈ ਕੋਂਕ੍ਰੀਟ ਕੀ 10-10 ਫੁੱਟ ਉੱਚੀ ਲੰਬੀ ਜੋ ਦੀਵਾਰ ਬਣਾਈ ਗਈ ਹੈ ਰੋਡਸ ਮੇਂ, ਮੁਝੇ ਬਤਾ ਹਮ ਤੋ ਇਸਕੋ ਦੇਸ਼ ਕੇ ਲੀਏ ਅੰਨ ਉਗਾਤੇ ਹੈ, ਉਸਕੋ ਦੇਸ਼ ਕਾ ਪੇਟ ਭਰਤੇ ਹੈ, ਔਰ ਇਹਨੋਨੇ ਹਮਾਰੇ ਲੀਏ ਜੋ ਹੈ ਕਿਲੋ ਕੀ ਜੋ ਫਸਲ ਹੈ ਵੋ ਹਮਾਰੇ ਲੀਏ ਉਗਾ ਰੱਖੀ ਹੈ ਹਮਾਰੇ ਸਾਹਮਨੇ। ਹਮਨੇ ਤੋ ਮੰਤਰੀ ਮਹੋਦਯ ਸੇ ਕਹਾ ਆਪਨੇ ਮਹਾਰਾਸ਼ਟਰ ਮੇਂ ਜ਼ੁਲਮ ਕੀਆ, ਆਪ ਮੱਧ ਪ੍ਰਦੇਸ਼ ਮੇਂ 300 ਲੋਕੋਂ ਕੋ ਡਿਟੇਨ ਕਰ ਲੀਏ, ਆਪ ਇਹ ਬੈਂਗਲੋਰ ਸੇ ਆ ਰਹੇ ਥੇ ਇਹ ਹਮਾਰੇ ਲੋਕ, ਉਨਕੀ ਇੱਕ ਔਰਤ ਸੀ ਆਗੂ ਕਿ ਉਸਕੋ ਬਾਲੋਂ ਸੇ ਜੈਸੇ ਖਿੱਚਾ ਗਿਆ, ਉਸਕੇ ਸਰ ਪਰ ਚੋਟ ਲੱਗੀ, ਹਮ ਫਿਰ ਆਪਸੇ ਵਾਰਤਾ ਕਰਨੇ ਗਏ। ਆਪਨੇ ਉੜੀਸਾ ਮੇਂ 100 ਕਿਸਾਨ ਆ ਰਹੇ ਸੇ, ਟਿਕਟੇ ਲੀ ਹੋਈ ਥੀ, ਉਨਕੋ ਅਰੈਸਟ ਕਰ ਲਿਆ। ਆਪ ਇਤਨਾ ਕੁਛ ਕਰ ਰਹੇ ਫਿਰ ਵੀ ਹਮ ਆਪਸੇ ਵਾਰਤਾ ਕਰਨੇ ਪਹੁੰਚੇ, ਕਿਉਂ ਪਹੁੰਚੇ ਵੀ ਹਮ ਚਾਹਤੇ ਸੇ ਮਿਲ ਬੈਠ ਕੇ ਇਸ ਮਸਲੇ ਕਾ ਕੋਈ ਨਾ ਕੋਈ ਹੱਲ ਹੋ ਜਾਏ, ਪਰ ਹਮੇਂ ਨਾ ਤੋ ਇਹ ਲਗਾ। ਹਮ ਮੰਤਰੀ ਮਹੋਦਯ ਪਿਊਸ਼ ਗੋਇਲ ਜੀ ਉੱਪਰ ਕਹੇ ਮੈਂ ਬਾਤ ਕਰੂੰਗਾ, ਪਰ ਕੁਛ ਲਗਾ ਨਹੀਂ, ਉਸਕੇ ਬਾਅਦ ਕੁਛ ਹੁਆ। ਦੇਖੇ ਵਹਾਂ ਮੀਟਿੰਗ ਮੇਂ ਬੈਠੇ ਬੈਠੇ ਹਮਾਰੇ ਟਵਿੱਟਰ ਹੈਂਡਲ ਬੰਦ ਹੋ ਗਏ, ਹਮ ਵਾਰਤਾ ਕਰ ਰਹੇ ਹੈ ਫਿਰ ਵੀ ਹਮਾਰੇ ਟਵਿੱਟਰ ਹੈਂਡਲ, ਫਿਰ ਵੀ ਹਮਨੇ ਕਹਾ ਹਮ ਦਰਵਾਜ਼ਾ ਬਾਤਚੀਤ ਕਾ ਖੁੱਲ੍ਹਾ ਰੱਖੇਂਗੇ। ਹਮ ਅੱਜ ਵੀ ਕਹਿਤੇ ਹੈ ਸਰਕਾਰ ਕੋਈ ਵੀ ਅਨਾਊਂਸਮੈਂਟ ਕਰ ਸਕਤੀ ਹੈ, ਅਜੇ ਲਗਤਾ ਉਹਨੇ ਵੀ ਹਮ ਕੁਛ ਦੇਣਾ ਚਾਹਤੇ ਹੈ ਤੋ ਉਹ ਦੇ, ਲੇਕਿਨ ਸਰਕਾਰ ਜੋ ਕੁਛ ਕਹਿ ਰਹੀ ਹੈ ਉਹ ਸਿਰਫ ਹਮਾਰੇ ਅੰਦੋਲਨ ਕਾ ਟਾਈਮ ਪਾਸ ਕਰਨਾ ਚਾਹਤੀ ਹੈ, ਜੋ ਹਮਨੇ ਦੇਖਾ। ਦੇਖੇ ਸਿੱਧੀ ਸੀ ਬਾਤ, ਬਹੁਤ ਆਸਾਨ ਬਾਤ ਹੈ, MSP ਖਰੀਦ ਕੀ ਗਰੰਟੀ ਕਾ ਕਾਨੂੰਨ, ਵੋ ਕਹਿ ਰਹੇ ਹੈ ਇਸ ਪੇ ਮੰਤਰੀ ਮਹੋਦਯ ਕਮੇਟੀ ਬਣਾ ਦੇਤੇ ਹੈ।
हमने सीधी सी बात, सीएसीपी एक ऐसा अदारा है।